ਵੇਰੀਆ ਇਹ ਸਾਰੇ ਨਾ ਕੱਚੀ ਬੈਠਾ ਕੇ ਵੀ ਲੇਕਿਨ ਇਹਦੇ ਅਸਾਂ ਕੈਨਸੇ ਬਣਵੰਦੇ ਬੇਕੂ ਗੋ ਸਮਝਣੈ ਸੋਈ ਤੰਗਰ ਸਟੇ ਸੋ ਭਰਾ ਵਾਲੇ ਇਹ ਵਾਲੀ ਸੜੀ ਬੈਠਕ ਆਲਰੇਡੀ ਬੜੀ ਖੜੀਏ ਕਮਰਾ ਵੀ ਆਈਪੀ ਬੜਾ ਗੜੇ ਹੈ ਨਾ ਦਰਵਾਜ਼ੇ ਦਰਿਆ ਕੱਚਵੇਂ ਨੂੰ ਨਾਪ ਪਰਵੇਂ ਨੂੰ ਰੇਟ ਪੁੱਛ ਦੂੰ ਬਸ ਹੁਣੇ ਹੁਣੇ ਆਂਦਾ ਪਿੱਦਰਖਾਣਣਾ ਅਸਾਂ ਦੇ ਆਪਣੇ ਸ਼ਹਿਰ ਮੁਰਗਾ ਹੀ ਦਾਇਆ ਪਿਆ ਤੇ ਭਾਈ ਉਹ ਖੜੇ ਚ ਭਾਈ ਉਹਨੂੰ ਆਖੀ ਇਹ ਦਰਖਾਣ ਨੂੰ ਇਹ ਚੈੱਕ ਕਰੋ ਨਾ ਅਸਡੀ ਬੈਠਕ ਇਹਨਸ਼ਾ ਅਲ ਵੀ ਆਈਪੀ ਬੈਠਕ ਬੜੇ ਸੁਈ ਵਾਸ ਤੇਸ ਤੇ ਨਾ ਬਨਾ ਕੋਈ ਚੀਜ਼ ਹੀ ਬੜਵਾਵੇ ਨਾ ਹਿੱਕੇ ਦਫਾ ਨਹੀਂ ਬੜਦੀ ਤਈ ਵਾਸਤੇ ਵਾਸਤੇ ਹੁਣ ਇਹ ਸੰਦਰਵਾ ਦੇ ਦਰਿਆ ਲੈਵਨ ਮੈਂ ਇਨਸ਼ਾਅੱਲਾ ਨੈਕਸਟ ਟਾਈਮ ਵਾਲਾ ਸਾਂ ਕੋ ਪਲਸਤਰ ਕਰਵਸੂ ਵਾਲੇ ਤਾਂ ਘਰ ਮਾਹੌਲ ਬੜੇ ਸੋਈ ਤਾਂ ਘਰ ਮਿੱਟੀ ਪੈਸੂ ਵੀ ਆਈਪੀ ਮਾਹੌਲ ਹੋਸੇ ਇਹ ਵਾਲੀ ਕੋਠੀ ਨਾਲ 850 ਸੀ ਥੀ ਗਿਰਤਲੇ ਚਰਮਾ ਤੋਂ ਕੋ ਅੰਦਰੂ ਚੈੱਕ ਕਰਵਾਉਣਾ ਨਾ ਡੂ ਗੱੜਰੀਏ ਵੀ ਉਹ ਵਾਲੀ ਵਿੰਡੋਏ ਵੀ ਤਾਂ ਇਹ ਗਲਾਈ ਬੰਦੀ ਵਸੇ ਗਰਮੀ ਵਲੇ ਨਾ ये वाला गला क्या से तो लिहा से ए विमान थी वैसे इंशाल्लाह माहौल बड़े सुन तले फर्श कलेन वगैरह हर शे माहौल हो कोई जो मेहमान आवे ना इज्जत न बह संगे ही वजह तो ही वाला सा ऐसा ऐसा ही बैठा कुबड़वे बड़े रू इन शाह फाइनली भी दरखान भी आ गए ए वाला दरखान है ये ना सा दरवाजे विंडो बढ़ाते रहे असलम वालेकुम क्या हाल है ठीक हो तो वैसे ठीक है अल्लाह के शुक्र है ये लो ऐसा में वाला कमरा है ना ये वाला ਇੰਦੀ ਪਮੈਸ਼ ਕਰੋ ਇੱਕ ਤੈਰੀ ਇਹ ਵਾਲੀ ਫਰੇਮ ਹੈ ਨਾ ਇਹ ਦੂ ਫੜਕੇ ਲਈ ਆ ਸਾ ਇੱਕ ਪਾਸੇ ਨਾ ਇੱਕ ਕਬਜ਼ੇ ਪਟਵੇ ਸੂ ਇੱਕ ਫੜਕੇ ala ਸਗ ਬੜਾਤੇ ਰਵਣੇ ਠੀਕ ਹੋ ਗਿਆ ਤੋ ਸਪਾ ਪਮੈਸ਼ ਆਪਣੀ ਤਸੱਲੀ ਕਰ ਗਿਨੋ ਹੁਣ ਵਿੰਡੋ ਦੀ ਪਮੈਸ਼ ਤੇ ਵੀ ਹੈ ਨਾ ਦਰਵਾਜ਼ੇ ਦੀ ਥੀਗੀ ਹੈ ਫੜਕੇ ਬੜਾਉਣਾ ਨਹੀਂ ਇੱਕ ਬੜਾਉਣੇ कड़का एक तो चंगी नहीं बड़ा आठ तोरी नाक के सन चंगी कहनी नहीं काट ओ नहीं दिन ना तो एक बड़ा पड़ता कड़का बे गेन असा बड़ा रे सा जे जे दू वाला ना कोई अच्छा कहना लग सी ओ पुराना दो है बिया वाला चौकाट चंगी है चौकाट ए भी ठीक है इतनी हल्की वाली भी कहनी चलो ठीक तो सा एक कला बड़ा डियो जे यो आओ जी लाला जी कोई तकलीफ नहीं यार मैं लाला उन्हें कहा कि मैं चाय बढ़वा के ना मैं के नहीं चाहे ना बढ़वो वाला सब कि चाय हो हल्का फुल्का जो सब थी वैसे अगर में वैसे थी ना रोटी टाइम पे इतने दे बर्तन दे काठी के लिए सारा कुछ ऐसा कुछ सो आंब दी काठी है सही आंब दी है जा सही है ते बेहतरीन काठी है अच्छा बाकी है तो सा बड़ा है ना आंब ले ये दुकान अच्छा अच्छा चोखा अर्सा चल वेन बस आपन को हिफाजत करो तो सारी जिंदगी काफी है अच्छा अच्छा आंब दे ने यानी के बने दे आंब अच्छा पर मैच ठीक है सारी ओके ओके ठीक है कितने दे था वो बड़ा देने ने जो ऐसे तोरे प्यार मोबाइल वाला रेट और साथ में 8000 तो दरवाजा नहीं देता तोरे से 7500 का दरवाजा तोरे ही बड़ा है अच्छा ते बुंदे दा पल्ला देने तो 1600 दा 1700 दा तोरे वास्ते 1500 दा अच्छा अच्छा 4500 दा बस में ट्रैप सर के तोरे बेटे ने पहले पहले सा हुआ के 7500 बदाय पल्ला ते तो 1500 ਕੀ ਆ ਸਾਂ ਉਹ ਆ ਕੇ ਸਾਕੂ ਰਾਇਤ ਕਰੇ ਸੋ ਉਹਨੇ ਕਿ ਚਲੋ ਠੀਕ ਹੈ ਸਾਂ ਫਮੈਸ਼ ਕਰਨ ਨਾਲ ਸਹਾਇਤ ਕਰ ਦੇ ਸੋ ਮਮੋ ਤੇ ਮੈਂ ਟੋਟਲ ਬੜਾ ਅਚਾ ਵਲ ਸਾਕੂ ਪਿਆਰ ਮੁਹਬਤ ਕਰੇ ਸੋ ਰਾਇਤ ਵੀ ਕਰੇ ਸੋ ਤੇ ਨੰਬਰ 2 ਅਸਾਂ ਕੋ ਹੇਕ ਜਾਂ 2 ਜੜੇ ਦੇ ਅੰਦਰ ਦੇ ਸੋ ਹੂੰ ਤੂੰ ਅੱਗੇ ਜ਼ਿਆਦਾ ਨਾ ਥੀਵੇ ਕਿਉਂਕਿ ਸਾਡੇ ਮਹਿਮਾਨ ਆਉਣਨ ਕੋਈ ਆਉਣਨ ਦੇ ਵਲ ਸੁਮਣ ਦੀ ਜਗ੍ਹਾ ਕੈਨੀ ਬਹਣ ਦੀ ਜਗ੍ਹਾ ਕੈਨੀ ਸਰਦੀਆਂ ਨਹੀਂ ਵਜਾ ਤੂੰ ਕਿਉਂਕਿ ਯਾਰ ਮੁੱਖੀ ਗੱਲ ਨਾ ਛੀ ਹੁੰਦੀ ਐ 12000 ਬਣਦਾ ਪਵੇ ਸੇ अच्छा पले मा तो तो पसाई द डूल और इको पला ना पला इको वे कोई मसला नहीं इधर वाला कुछ नहीं ना ला बारे से जी बट सा लावाना छे अपना हुनो दिखावे के मजबूत लावे बाकी अल्लाह खैर करे से वो कोई मसला नहीं एक लावे डू वाला हो गया और भी अस कब्जा पटवा के समस्या नहीं तो सा कब्जा पटवा के समस्या नहीं मैं चो के जड़े मुकम्मल 12000 बंदा पे से अच्छा 1500 ਰੁਪਏ ਲਾ ਤੇ 7500 ਦੇ ਦਰਵਾਜ਼ਾ ਤੁਹਾਰੇ ਵਾਸਤੇ ਸਿਰਫ 550 ਰੁਪਏ ਕੀ ਹੈ ਤੇ ਜੇ ਸਾਡੀ ਮਜ਼ਦੂਰੀ ਚੁੱਕਣਾ ਤੂੰ ਡਾਇਰੈਕਟ ਪੂਰਾ ਪੂਰਾ ਮੰਗਈਏ ਸਰਦਾਰ ਗਾਰ ਤੱਕ ਚੁੰਦੇ ਰਹਿ ਉਹਨੂੰ ਚਵਾਲਾ ਬਾਤ ਤੱਕ ਲੱਕੇ ਹੱਥ ਮੰਗੇ ਕੱਲ ਮੈਂ ਸਾਰੇ ਦਿਵਾਰ ਰੋਲਿਆਂ ਲੱਕੜ ਹੱਥ ਫਿਰੋਣੇ 1500 ਖਾਏ ਆ ਤਾ ਅੱਜ ਬਲਾ ਵਜਣਾ ਹੈ ਅਸਾਂ ਦਾ 10000 ਢੰਗ ਕਰੋ 10000 ਰੁਪਏ ਕਰਨੀ ਦੰਤੀ ਸਨ ਸਹੀ ਪਿਆਰ ਮੋਬਲ ਕਰੋ ਸਹੀ ਫਸਟ ਟਾਈਮ ਦਾਰੇ ਗਨੇ ਬੜਵੰਦੇ ਪੈ ਇਨਸ਼ਾ ਅੱਲਾ ਜਰੇ ਦੇ ਦੇ ਉਹ ਵੀ ਬੜਵੰਦ ਅੱਜ ਮੈਂ ਤੋ ਦਿਖਾਂ ਪਰਚੀ ਕਰਨਾ ਮਾਜਾ ਉੰਬਰ ਕੋਟ ਸ਼ਾਦੀ ਖਾਣੀਆਂ 8000 ਰੁਪਏ ਦਰਵਾਜ਼ਾ ਦਾ ਮੁਕਾਇਮ 300 ਰੁਪਏ ਤੇਲ ਦੋਹਣਾ ਦਾ ਸਾਢੇ ਸੂਜਾ ਦਾ ਦਰਵਾਜ਼ਾ ਚਾਤੀਆ ਮਸੀ ਸਾਢੇ 11000 ਰੁਪਏ ਫੈਨ ਲੈ ਲੈ ਸਾਢੇ ਦਸਿੰਦੇ ਬਸ ਤਰ ਮਜ਼ਦੂਰੀ ਮਜ਼ਦੂਰੀ ਬਸ ਸਾਮਾਨ ਪੂਰੇ ਤੇ ਇਹਦਾ ਜਰਾ ਸਮਾਨ ਉਹਦਾ ਨਾ ਲੋਹੇ ਦਾ ਟਕੂੜੇ ਕਬਜ਼ੇ ਵਗੈਰਾ ਇਹ ਸਭ ਕਿਨੇ ਲੈ ਪਸ ਨਾ ਨਾ ਉਹ ਸਾਗੇ ਨਾ ਗਿੰਨਸਾ ਉਹ ਸਾਗੇ ਨਾ ਗਿੰਨਸਾ ਕਾ ਨਾ ਨਾ ਉਹ ਸਾਗੇ ਨਾ ਗਿੰਨਸਾ ਕਿਨਾਂ ਨਾਲ ਲੈ ਨਾ ਸਾਗੇ ਨਾ ਗਿੰਨਸਾ ਬੇਸ਼ੱਕ ਤੁਹਾਡੀ ਕਹਿ ਨਹੀਂ ਲੇਕਿਨ ਹੁਣ ਬੜੋ ਜਾ ਸਾਡੀ ਵਾਰੀ ਦਾ ਬੜੋ ਜਾ ਕਹਿਣਾ ਚਲੋ ਤੁਸੀਂ ਕਿਨੇ ਵੇ विंडो चलो बारह हजार पूरा गिने वे ऐसा गुलाड़े हुए ठीक है तो पांच सौ छोड़ कर से वो होने चाहिए हल्के और आज जब बीमार के गालों साल के घंटे लाडू तू को हल्के तू साब पे पसंद करो आप पे पैसे भरो असनाल तो जुल्सू पे जुल एक एक छह हों दिया वो साक्षु भी साक्षु भी मोट लाऊं से पंच हर पहले पी पी आली कारों ने जरी तो साक्षु भी चंगी लाऊं जरी सत्तर सिर पहले डाबीर पे गुना डेक्सो अच्छा उन डाबीर डंड है ना ਕਨਾਲੇ 10000 ਕਾ ਨਾਮ ਠੀਕ ਹੈ 10000 ਤਾਂ ਸਾਰੀ ਮੋੜੀ ਕਾ ਨਹੀਂ ਬਣਦੀ ਪੂਰੀ ਤਾਂ ਬਚਦਾ ਥੋਲਾ ਬੋਤਾ ਹੈ ਚਲੋ ਯਾਰ ਆਹ ਤਾਂ ਡਨ ਕਰੋ 500 ਕੋ ਤੁਸਾਨਾ ਦੇਖੋ ਬਿਸਮਿਲ੍ਲਾ ਬੜੋ ਅਸਾਂ ਤੋਂ ਕੁਝ ਪੈਸੇ ਬਿਆਨਾ ਡੇਡ ਨੂੰ ਠੀਕ ਹੈ ਤੇ ਅਸਾਂ ਕੁ ਡੇਸੋ ਅੱਜ ਕਾ ਤਰੀਕੇ

ਯਾਰਾਂ ਤਰੀਕੇ ਆ ਜੀ ਹੁਣ ਵੀ ਤਰੀਕੇ ਨਹੀਂ ਜ਼ਿਆਦਾ ਯਾਰਾਂ ਨੇ ਕਾਹਨ ਦਾ ਜਾੜਾ ਸੀ ਸੱਦੀਏ ਪਿੰਡਾਂ ਦਾ ਮਾਸੂਮ ਤਰ੍ਹਾਂ ਨੁਕਸਾਨ ਤੀ ਵਸੇ ਅਸਾਂ ਕਹਨਾ ਸੀ ਅਸਾਂ ਕੁਝ ਸ਼ੁਰੂ ਕਰੋ ਇੱਕ ਦਰਵਾਜ਼ਾ ਇੱਕ ਵਿੰਡੋ ਡੂੜੀ ਵਾਰੇ ਮੁਕਾਓ ਇੱਕ ਦੀਵਾਰੇ ਨਾਗ ਬਿਜਲੀ ਦਾ ਤੋਣੀ ਰੋਲਾਈ ਹੋਵੇ ਨਾਗ ਰਾਤ ਦਾ ਕਰਤ ਮੁਕਾਓ ਘੰਦੋ ਸਿਨਾ ਪਲਔ ਘਿਲਕ ਵਸੇ ਇਹੀ ਕਰੋ ਸੇ ਰਤੂ ਸਾਂ ਪਰੇਸ਼ਾਨ ਤੁਸੀਂ ਨਾ ਕਾਟੀ ਚੰਗੀ ਨਹੀਂ ਹੋਣੀ ਅੰਬ ਦੀ ਜਰੀ ਹੁਣ ਮੁਕੇ ਕਿੜੋ ਸੁੱਕੀ ਹੋਵੇ ਤੇ ਬਾਕੀ ਤੁਸੀਂ ਪਰੇਸ਼ਾਨ ਹੋ ਸਭ ਕੋਈ ਕੋਈ ਪਰੇਸ਼ਾਨੀ ਕਰਾ ਤੀ ਸੁੱਕੀ ਹੋਵੇ ਯਾਨੀ ਸੁੱਕੀ ਹੋਸੇ ਚਲੋ ਠੀਕ ਹੈ ਉਹਨੂੰ ਵੀ ਤੋ ਵਿਹ ਨਾ ਥੀ ਮਾੜੇ ਹੋ ਠੀਕ ਹੈ ਅਸਾਂ ਤਾਂ ਕੁਝ ਬਿਆਨਾ ਦੇ ਦੇਣਾ ਠੀਕ ਹੈ ਤੇ ਉਹਨੂੰ ਹੀ ਤੋਂ ਵੀ ਨਾ ਥੀ ਮੈਂ ਦੇ ਇਹ ਮਿਹਰਬਾਨੀ ਕਰੇ ਸੋ 11000 ਰੁਪਏ ਡਨ ਠੀਕ ਹੈ ਠੀਕ ਯਾਰ 5000 ਰੁਪਏ ਬਿਆਨਾ ਦੇਣੇ ਪਿਓ 11000 ਰੁਪਏ ਨਾ ਸਾਡਾ ਸੌਦਾ ਤੇ ਗਈ ਡਨ ਥੀ ਗਈ ਤਾਂ ਆਓ ਸਿੰਘ ਇੱਕ ਮਿੰਟ ਬੁਲਾ ਦੇ ਨੂੰ ਦੇਖ ਨੋ ਸਿੰਘ ਬੁਲਾ ਦੇ ਨੇ 5000 ਰੁਪਏ ਬਿਆਨਾ ਆ ਗਿਆ ਠੀਕ ਹੈ ਬਗੈ 6000 ਕੁੰਡ ਕਬਜ਼ਾ ਸਾ ਆਪੇ ਗੰਦੇ ਸੋ ਮਜ਼ੀਦ ਆਪਣੀ ਤਸੱਲੀ ਕਰ ਗਿਨੋ ਠੀਕ ਹੈ ਠੀਕ ਹੈ ਸਿੰਘ ਇਜਾਜ਼ਤ ਠੀਕ ਹੈ ਬਲਾ ਬਹੁਤ ਆ ਖਾਣਾ ਪੜਦਾ ਵੇ ਮਿਹਰਬਾਨੀ

वेलकम बैक गाइस टाइम दिना पे 2:32 मिनट तोसा कमेंट साइड सांवणे में को के ए सारा सौदा ठीक बड़ गए लक्कड़ आम बदी ते यानी कि 11000 च ट्राई विंडो भी ते लक्कड़ सारा गाले तो सा सुनन में कमेंट देसो अगर मेरी दुकान हजरात कोई वीडियो देदा पे हमें कमेंट लाजिमी देसो के असा को चुनाते नहीं लागया बगा यार 3-4 कमेंट बाद यानी मैं क्यों ने वीडियो बड़या मैं तवल उन्होंने मैसेज प अमन यार ता सारा कमेंट क्यों नहीं छता चलो तो मैं क्या भाई जन मादरत में है वो पता नहीं लगा मैं पहले बड़ा दिन तो बात एक दिन देख कहीं वजह तो शायद तुरा कमेंट नहीं आ सेंगे अगर उन्होंने दी कि नहीं, नहीं, नहीं। तो मैं कहीं वीडियो चलो ऐड कर देना फास्ट कमेंट है पै शेयर मुंडा दा वालेकुम भाई वालेकुम वालेकाम भाई मैं राजनपुर से हूँ आपसे मिलना चाहता हूँ भाई मोस्ट वेलकम आपकी लोकेशन क्या है मैं भी एक यूट्यूबर हूँ आप मेरा चैनल ओपन करें मैं भी दो मंथ से मेहनत कर रहा हूँ भाई जान मेरी लोकेशन जिला राजनपुर मुर्गई तुसा आओ सो अगू वाले मैं आएसा तुसा मेरे को फोन चेक कर सो या वल मेरे को मैसेज चेकर सो इंशाल्लाह मैं आएसा इंस्टाग्राम आईडी भी नाल लिंक थी कि इंस्टाग्राम में मैसेज करे सो इंस्टाग्राम दा यूजर नेम ही शो थी तुसा उतरे को फॉलो करे सो और मैसेज करे सो इंशाल्लाह मोस्ट वेलकम जैसे मे थोड़े किथे दरवाजा खुले पड़े मोस्ट वेलकम भी मैं थोड़ी क्या मदद कर सकना दसो नेक्स्ट कमेंट है हसनी दा ਆਪ ਕਾਰ ਚਲਾ ਲੇਤੇ ਹੋ ਸਾਰਾ ਆਪਕੇ ਸਵੀਟ ਡ੍ਰੀਮ ਕੀ ਆਹਨ ਕਾਰ ਮੈਂ ਫਿਲਹਾਲ ਤਾਂ ਨਹੀਂ ਚਲਾ ਗਿੰਦਾ ਇਨਸ਼ਾਅੱਲਾ ਜਿਵੇਂ ਅੱਲਾ ਪਾਕ ਦੇ ਸਿੱਧਵਲ ਚੜਾਈ ਗਿੰਸੋਂ ਤੇ ਸਿੱਖੀ ਗਿੰਸੋਂ ਕਿਉਂਕਿ ਯਾਰ ਬੰਦਾ ਕਾਰ ਹੂੰ ਸਿੱਖੇ ਚਲਾਵਣ ਤੇ ਤੱਕ ਹੁੰਦੀ ਆਪਣੀ ਨਾ ਹੋਵੇ ਈਵੇਂ ਬੰਦਾ ਸਿੱਖ ਤੇ ਕੀ ਕਰੇ ਸੀ ਇਨਸ਼ਾਅੱਲਾ ਅੱਲਾ ਪਾਕ ਆਪਣੀ ਕਾਰ ਦੇਸੀ ਤਾਂ ਫਲ ਚਲਾਈ ਗਿੰਸੋਂ ਇਨਸ਼ਾਅੱਲਾ ਬਸ ਤੁਸੀਂ ਦੁਆ ਕਰੋ بیا ਤੁਸੀਂ ਪੁੱਛੇ ਤੁਹਾਡੇ ਡ੍ਰੀਮਸ ਕੀ ਆਹਨ ਭਾਈ ਜਨ ਡ੍ਰੀਮਸ ਮੇਰੇ ਦਿਮਾਗ ਹੈ ਤਕਰੀਬਨ 3 ਚੱਲਦੇ ਗਏ ਨੇ ਜਿਹੜੇ ਮੇਨ ਮੈਨੇ ਨੇ ਬਣਾ। ਇਹਰੇ ਸਭ ਤੋਂ ਜ਼ਰੂਰੀ ਤੇ ਮੇਨ ਹੈ ਨੀ ਪੇ। ਪਹਿਲੇ ਨੰਬਰ ਤੇ ਹੈ ਕਿ ਅੱਲਾਹ ਪਾਕ ਮੇ ਕੋ ਆਪਣੇ ਘਰ ਦੀ ਜ਼ਿਆਰਤ ਕਰਵਾਵੇ। ਔਰ ਦੂਜੇ ਨੰਬਰ ਤੇ ਹੈ ਕਿ ਅੱਲਾਹ ਪਾਕ ਇੱਕ ਅੱਛੀ ਜੀ ਕਾਰ ਦੇਵੇ। ਤੀਜੇ ਨੰਬਰ ਤੇ ਹੈ ਕਿ ਅੱਲਾਹ ਪਾਕ ਇੱਕ ਅੱਛਾ ਜਿਹਾ ਘਰ ਦੇਵੇ। ਬਸ ਇਹ 3 ਡ੍ਰੀਮਸ ਨੇ ਬੇ। ਇਨਸ਼ਾ ਅੱਲਾਹ ਅੱਲਾਹ ਪਾਕ ਇਹ ਲਾਜ਼ਮੀ ਪੂਰਾ ਕਰੇ ਸੀ ਮੇਰੇ ਉਮੀਦ ਹੈ ਮੈਂ ਕੋ ਅੱਲਾਹ ਪਾਕ ਤੇ ਬਾਕੀ ਆ ਮੈਂ ਚੋਕੜੇ ਸਾੜੇ ਤਮਕੇ ਮੇਰੇ ਡ੍ਰੀਮਸ ਕਿਆ ਹਨ। ਨੈਕਸਟ ਕਮੈਂਟ ਮਲਕ ਬਿਲਾਲ ਬ भाई मेरा सवाल नहीं दुआ है आपके लिए अल्लाह पाक आपको तरक्की दे आमीन बिलाल बलोच मियाँ वाली थैंक यू सो मच भाई अल्लाह पाक तो आपको सलामत रखे आमीन शुक्रिया थैंक यू सो मच कमेंट करने के लिए नेक्स्ट कमेंट है एल वाई एसअ टेक दा भाई मैं बहुत गरीब हूँ प्लीज़ मेरी प्रमोशन कर दो प्लीज़ प्लीज़ प्लीज, आपका मैं एहसान नहीं बोलूँगा भाईजान तो मैं थोड़ी क्या मदद कर सकता कमेंट दसो मैं जायजोगा हाँ जितना मैं थोड़ी मदद इन शाला जरूर कर स थैंक यू सो मच कमेंट करा कि बस यार ये कमेंट्स ना नहीं जो रहा है मैंने अलहमदुल्ला ये अच्छी सारे पेखते ही रास कोई कहना होमीद है बैठा इन वीडियो तो करना पैदान उम्मीद करना तो अभी अच्छी लिखे करे चैनल को जरूर सबसक्राइब कर सो वाल मिल सुनो वीडियो तब तक ले